कार में जाई दी आ आ या भरा ओ भरावा मोटरसाइकिल दे ला मामा। ए, ओ मामा चंगा वे बे जा हेलो कवालियां नहीं गोनियां भरा ओ दे गाना गा यार मेरा मेरा इतना लंबा सबरा सर खाता पिया आराम दिया ने ओ आ हाल आ मकी जुलूस कटिया तेरे भरावा ने गड्डी दे दे ला गड्डी टेक के रोक दी आप कि किन्ने छड़ दे आप उथो आलू भी लिया एक बार ओदा भी हिसाब पुछया ही लिया 500 छेदी कर छेदी दस हजार तेरी निगाह हुणे बदल गई लोकी दा एयरपोर्ट टप के बदल दे तू दा सत लो तेरे आप नहीं टपिया 200 दे दे छोटे नोट सोहने लगदे सी हां 200 दे 200 दे मैं 200 दे नोट नहीं 100 दे लेने आ छोटा नोट है नी ईमानदार बंदे नूं दे के जा जेड़ा ईमानदार ओनू दे दे ईमानदार दस धोखा जिहा कर गई ओदां चल नहीं नहीं सही है भरावा मामा हले सत लो दरिया टप्पी नी तुसीं पैसे मंग कर ले मामा तू पहला कार्ड दे दे मेनू दे मामा इहदे ते यकीन नी इह तां पल्लियों भी खा जी बड़ा कट मेरी आस हो सूना सानू देना चैनी चुनी ना लाल राज चाह चू पीने बदलां दे दिन दस्सिया उत्थे ढाबे बने हुण उपर जहाज रोकदा बदलां दे सौंगला दे पंगा मनी नूं लुट के चली मामा लिया फड़ा नवेड़ परे अच्छा सुन मेरी गल अच्छा 28 पांच तक परे गल आ फिर मैं ना इन्ने मामा एक मिनट ईमानदार तू दस दे कौन ईमानदार
ਮੈਂ ਤੈਨੂੰ ਇੰਨਾ ਦੱਸਤਾ ਮੰਮਾ ਇਹ ਗਏ ਪੈਸੇ ਦੇਖ ਲਈ ਯਾਰ ਇਹਨੇ ਤਾਂ ਮੰਗੇ ਉਹਦਾ ਰੁਪਈਆ ਨਹੀਂ ਦੇਣੇ ਮੈਨੂੰ ਉਹ ਕਹਿੰਦਾ ਪੰਜ ਆਪਣਾ ਵਿੱਚੋਂ ਕਢਾ ਕੇ ਤੈਨੂੰ ਤਿੰਨ ਬਾਕੀ ਕੀ ਬਚਿਆ 28,000 ਚ ਬਠੇਂਗੜ ਬਚਿਆ 22,000 ਨੂੰ ਮੈਂ ਪੈਸੇ ਕਾਰਡ ਸਾਂਭੀ ਰੱਖਾਂ ਇੰਨਾ ਟਾਈਮ ਬੋਲਿਆ ਕਰ ਉਹ ਰੱਜ ਕਿੰਨਾ ਜ਼ਮੀਰਵਾਰ ਆ ਰੋਟੀ ਖਾ ਚੱਲੀ ਰਾਜ ਮੋਰ ਤੋਂ ਰਹਿਣ ਦਿੰਦੇ ਆਹੋ ਇੱਥੇ ਖਾ ਲੋ ਲੰਗਰ ਲੱਗਾ ਹੀ ਹੋਣਾ ਤੁਹਾਨੂੰ ਤਾਂ ਖਾਣ ਦੀਆਂ ਗੱਲਾਂ 24 ਘੰਟੇ KFC ਖਾਣਾ ਅੱਜ ਅੱਜ ਕੀ ਅੱਜ ਬਾਬਿਆਂ ਦਾ ਦਿਨ ਆ ਵੀਰੇ ਸੋਮਵਾਰ ਆ ਮੰਮਾ ਇਹਨੂੰ ਕਹ ਦੇ ਦੇ ਆਈਸਕ੍ਰੀਮ ਮੰਮਾ ਮਿੰਟ ਖਾ ਲਾਂ ਤੋ ਥੋੜੀ ਜੀ ਉਹਨੂੰ ਖਾ ਲਾਂ ਦੇਖੋ ਵੀ ਤੇ ਦੇ ਦਊਗਾ ਥੋੜੀ ਜੀ ਦੇ ਦੇ ਜੇ ਤਾਂ ਮੌਕੇ ਉਹਦੇ ਦੇਣੀ ਆ ਮਨੀ ਦੇ ਦੇ ਸਾਡੀ ਮਾਂ ਚੱਲੀ ਆ ਕੈਨੇਡਾ ਮਾਮਾ ਨਹੀਂ ਉਹ ਤਾਂ ਕੰਮ ਕਰਦਾ ਸੀ ਨਾ ਉੱਥੇ ਯਾਰ ਉਹਨੂੰ ਮੂੜ ਹੀ ਦੋ ਮਾਮਾ ਯਾਰ ਦੂਜੀਆਂ ਗੱਡੀਆਂ ਤੁਸੀਂ ਕੀ ਮਾਮੇ ਨੂੰ ਕੀ ਯਾਰ ਮੈਡਮ ਕੋਈ ਮਹਾਰਾਜਾ ਵਿਆਹਣ ਚੱਲੇ ਆ ਭੈਣੇ ਹੀ ਛੱਡਣ ਚੱਲਾ ਕਹਿੰਦਾ ਗੱਡੀ ਨਾਲ ਕਰਕੇ ਜਾਣਾ ਗੱਡੀ ਕਰਕੇ ਆ ਕੇ ਬੱਕਰਾਏ ਦੇ ਬੱਕਰੀ ਹੱਥ ਦਿਆ ਯਾਰ ਕਹਿੰਦਾ ਮੋਟਰਸਾਈਕਲ ਤੇ ਜਾਣਾ ਨਾਲ ਲੈ ਉਹ ਮੈਂ ਮੋੜਦੇ ਐਵੇਂ ਜਲੂਸ ਕੱਢੂ 에ਅਰਪੋਰਟ ਤੇ ਉੱਥੇ ਮੈਂ ਪੀਤੀ ਹੈ ਕਿ ਉਹਨੇ ਗੋਪੀ ਉਹ ਤਾਂ ਬਹੁਤ ਨੂੰ ਬੋਲਿਆ ਬਿਨਾ ਮਤਲਬ ਤੋਂ ਬੋਲੀ ਜਾਂਦੀ ਮੈਂ ਮਾਮਾ ਨਾਲ ਪਿੱਛੋਂ ਮੋੜ ਦਾਂ ਮੈਂ ਦੱਸਦਾ ਆ ਦਰਿਆ ਹੀ ਟੱਪਿਆ ਗਿਆ ਉੱਥੇ ਪਾਈਆ ਫੜ ਲਿਆ ਉਹਨੇ ਛਿੱਤਰ ਨਾ ਖਾਈ ਤੂੰ ਕੱਡਾ ਭੈਣ ਦਾ ਵਿਆਹ ਆ ਭੈਣ ਨੂੰ ਕੈਨੇਡਾ ਤੋਂ ਹੁਣ ਚੱਲਾ ਵਿਆਹ ਹੀ ਉਹਦਾ ਆਏਗਾ ਰਾਮ ਦੇ ਹੁਣ ਤੂੰ ਬੁੱਢੇ ਬਾਰੇ ਮੇਰਾ ਵਿਆਹ ਕਰਨਾ ਅੱਛਾ ਤੂੰ ਆਪਣੇ ਆਪ ਨੂੰ ਬੁੱਢੀ ਮੰਨਦੀ ਹੁਣ ਜਹਾਜ਼ ਚ ਬਹਿਤਾ ਸਹੀ ਸਾਰੇ ਨੇ ਇਹੀ ਕਹਿਣਾ ਤੁਸੀਂ ਸਟੂਡੈਂਟ ਹੋ ਨਾਲੇ ਤਾਂ ਹੋਰ ਇੱਦਾਂ ਹੋਈ ਆ ਆਫ ਕੋਰਸ ਮੰਮੀ ਨੇ ਗੱਲਾਂ ਸੋਚ ਕੇ ਇੱਥੇ ਤੇ ਆਣੀਆਂ ਲਾ ਲਾ ਜਿਹਦੇ ਕਹਿਤਾ ਕਿ ਸਟੂਡੈਂਟ ਤੁਸੀਂ ਸਟੂਡੈਂਟ ਹੋ ਸਟੂਡੈਂਟ ਹੈ ਤੁਸੀਂ ਕਹਿੰਦੇ ਕਹਿਣਾ ਇਹਨੇ ਬੜਾ ਕਹਿਣਾ ਜਹਾਜ਼ ਦੇ ਕੇ ਨਾ ਕਿੱਥੇ ਨਿਆਣੇ ਨੀ ਹਾਰਦੇ ਸੀਗੇ ਪਤਾ ਨਹੀਂ ਮੈਨੂੰ ਕਿਹੜੀ ਵਜ੍ਹਾ ਨਾ ਘਰੋ ਜਾਣ ਨੂੰ ਕਹਿੰਦੇ ਸੀ ਇੱਕ ਰੇਟ ਹੋਈ ਚੱਲ ਗਏ ਉੱਥੇ ਹਣਾ ਥੱਪੜ ਮਾਰਨਾ ਹੁਣ ਜਹਾਂ ਮਤ ਖਾਓ ਆਪਣੇ ਕੁਆਟਰ ਮੇ ਜਾ ਕੇ ਖਾਓ ਉੱਥੇ ਨਾ ਉੱਥੇ ਨਾ ਮਗੇ ਨੂੰ ਕੋ ਕਹਿ ਕੂ ਦੇ ਨਹੀਂ ਭਰਾਵਾ ਪਾਨ ਖਾਂਦਾ ਸੀ ਉਹ ਥੁੱਕਦਾ ਸੀ ਪਾਨ ਖਾ ਖਾ ਉਹ ਸ਼ੇਰ ਕਹਿੰਦਾ ਬਾਹਰ ਜਾ ਕੇ ਮਾਗ ਜਿਹੜੀ ਵੀ ਬੈਠ ਪਈ ਆ ਮੈਂ ਨੂੰ ਕਹੀ ਜਾਂਦੀ ਮੈਂ ਕਿ ਭਈਆ ਯਹਾਂ ਮਤ ਖਾਣਾ ਘਰ ਪਰ ਜਾ ਕੇ ਉਹ ਮੀਰ ਪਤਾ ਕਿੰਨਾ ਇਹ ਬੰਬੇ ਚ ਉਹਦੀਆਂ ਆਪਣੀਆਂ ਫੈਕਟਰੀਆਂ ਚੀਜ਼ਾਂ ਚੱਲੇ ਚੱਲੇ ਕੈਨੇਡਾ ਉਹ ਤਾਂ ਹਿੰਦੀ ਨਾ ਬੋਲੀ ਜਾਵੇ ਉਹ ਭਈਏ ਨੇ ਤੇ ਜਹਾਜ਼ ਚ ਬੈਠਣੇ ਉਹਨਾਂ ਨੂੰ ਐ ਨਾ ਕਰੀ ਗਈ ਅੱਲਾ ਅੱਤੂ ਨੂੰ ਆ ਜਾਓ ਤੁਸੀਂ ਵਿੱਚ ਹਿੰਦੀ ਆ ਇਹ ਤਾਂ ਪੰਜਾਬੀ ਸੀ ਨਹੀਂ ਜਹਾਜ਼ ਚ ਕਿਤੇ ਇਹ ਨਾ ਕਰੀ ਗਈ ਉਹਨਾਂ ਨੂੰ ਭਾਈ ਯਾਰ ਜੋ ਮਰਜ਼ੀ ਕਰੀ ਤੂੰ ਉੱਥੇ ਕੈਨੇਡਾ ਚੱਲ ਜਾ ਆ ਮੈਂ ਤਾਂ ਬਥਾਈਆ ਯਾਰ ਨਾ ਕਰਿਆ ਕਰੋ ਮੇਰੇ ਨਾਲ ਰੋਟੀ ਪਾਣੀ ਨਾ ਧੀਏ ਫਿਕਰ ਕਰੀ ਕੋਈ ਗੱਲ ਨਹੀਂ ਹਾਂ ਮਾਮਾ ਸਾਡਾ ਲੈ ਆਊਗਾ ਮਾਮਾ ਉਹ ਮਾਮੇ ਨੂੰ ਛੱਡ ਤੂੰ ਰੋਟੀ ਦੀ ਨਾ ਫਿਕਰ ਕਰੀ ਅੱਜ ਤਾਂ ਤੇਰੇ ਮਗਰੋਂ ਇਹਦੇ ਝੋਟੇ ਵਾਂਗੂ ਪਲ ਜਾਣਾ ਮਾਮਾ ਆਉਂਦੇ ਅਸੀਂ ਕਿਸੇ ਨਾਲ ਛਿੰਝ ਘਲਾ ਦੇ ਗਾ ਸੁੱਕੇ ਪਏ ਆ ਮੂੰਹ ਨੂਰੇ ਜਿਹੇ ਮੂਤੇ ਅੱਛਾ ਰੋਟੀ ਅੱਛਾ ਖਾਣਾ ਖਾ ਇੱਡੇ ਹੋਏ ਆ ਰੋਟੀਆਂ ਖਾ ਖਾ ਇੱਡੇ ਹੋਏ ਆ ਉਹ ਤਾਂ ਸਾਡੀ ਪੰਮੀ ਭੂਆ ਖਲਾਉਂਦੀ ਸੀ ਜਦੋਂ ਤੂੰ ਤੁਰੀ ਗੇਟ ਤੇ ਖੜੇ ਡੈਡੀ ਨੂੰ ਦੇਖ ਕੇ ਮੈਨੂੰ ਰੋਣਾ ਆ ਗਿਆ ਡੈਡੀ ਮੇਰੇ ਦਾ ਬੂਬਾ ਦੇਖਣ ਵਾਲਾ ਸੀ ਕਿੱਦਾਂ ਦਾ ਹੋਇਆ ਸੀ ਪੈਸਾ ਤੇ ਪੈਸਾ ਰੋੜਿਆ ਪਿਆ ਉਹਦਾ ਦਿਮਾਗ ਆ ਪੈਸਾ ਤੇ ਪੈਸਾ ਹਾਂ ਕਿਤੇ ਦਰਖਤਾਂ ਨਾਲ ਨਹੀਂ ਲੱਗਦੇ ਕਮਾਈ ਹੁੰਦੇ ਆ ਸਾਰੀ ਦਿਹਾੜੀ ਲੱਗੇ ਰਹੀਦਾ ਢੂਆ ਕਟਾ ਕੇ ਤੇ ਤੇਰੇ ਯਾਰ ਕੀ ਕਹਿ ਦਿੰਦੇ ਯਾਰ ਅਮਨ ਤੂੰ ਮੈਨੂੰ ਸਮਝ ਨਹੀਂ ਤੂੰ ਤੀਰਥ ਯਾਤਰਾ ਦੇ ਜਾ ਮੈਂ ਤੈਨੂੰ ਬਾਰ ਬਾਰ ਇਹੀ ਕੁਐਸਚਨ ਪੁੱਟ ਕਰਦਾ ਤੈਂ ਉੱਥੇ ਜਾ ਕੇ ਕਾਰਨ ਆ ਗਈ ਤੇ ਕੋਟੀਆਂ ਬਣਨੀਆਂ ਹੈਲੋ ਕੁੱਤੇ ਤਰ੍ਹਾਂ ਬਕਵਾਸ ਕਰੀ ਜਾਂਦੇ ਆ ਇੱਥੇ
ਇੰਨੇ ਟਾਈਮ ਨਹੀਂ ਲੱਗਣੇ ਜਿੰਨੇ ਤੂੰ ਨਾ ਰਹਿ ਗਿਆ 20 ਪੌਂਡ ਸਾਰੇ ਟੱਬਰ ਨੇ ਨਗਾਤਾ ਜਿਹੜਾ ਏਟੀਐਮ ਲੈ ਗਿਆ ਪਹਿਲਾਂ 20 ਪੌਂਡ ਭੈਣ ਨੇ ਦਿੱਤਾ ਉਹਦੇ ਨਾਲ ਸਾਰ ਬਣ ਗਿਆ ਇਹ ਮਾਸੀ ਨੇ ਦਿੱਤਾ 20 ਪੌਂਡ ਉਹੀ 20 ਪੌਂਡ ਮਾਸੀ ਦੇ ਆਹੋ ਫਿਰ ਉਹ ਆਸਾਨ ਹੋ ਗਿਆ ਉਹੀ 20 ਪੌਂਡ ਮੰਮੀ ਨੇ ਫੜਾਤੇ ਉਹ ਤੇਰਾ ਸਾਲ ਉਹ ਤੇਰਾ ਸਾਲ ਹੋ ਗਿਆ ਯਾਰ ਅਸੀਂ ਤਾਂ ਸਾਰੀ ਉਮਰ ਆਸਾਨ ਥੱਲੇ ਆਏ ਹੋਗੇ 20 ਪੌਂਡ ਦੇ ਸੰਦੀਪ ਭੈਣ ਨੂੰ ਕਹਿਆ ਯਾਰ ਗਾਂ ਵਾਸਤੇ ਮੈਂ ਰੁਪਈਏ ਨਾਲ 10 ਪੌਂਡ ਲਾ ਕੇ ਹਨਾ ਨਾਰੀਅਲ ਨਾਲ ਬੰਨ ਕੇ ਤੇਰਾ ਭਰਾ ਸੱਟ ਦੇਣਾ ਨਹਿਰ ਚ ਨਾ ਸਤਨਾਜਾ 20 ਪੌਂਡ ਦਾ ਸਤਨਾਜਾ ਨਾ ਤਾਰ ਦਈਏ ਯਾਰ ਸਾਰਾ ਭਾਰ ਰਹਿਣਾ ਸਾਡੇ ਸਿਰ ਸਾਨੂੰ ਤਾਂ ਉੱਠ ਉੱਠ ਰਾਤਾਂ ਨੂੰ ਬਹਿਣਾ ਹਨਾ ਤਿੰਨ ਜੀਆਂ ਦਾ ਭਾਰ ਪੈ ਗਿਆ 20 ਪੌਂਡਾਂ ਦਾ ਮੇਰਾ ਮਨੀ ਦੇ ਬੁੜੇ ਦੇ ਆ ਹੋਵੇ ਨਾ ਯਾਰ ਸੰਦੀਪ ਭੈਣ ਨੂੰ ਕਹਿਣਾ ਦੇਖ ਭੈਣ ਗੱਲ ਹੈਗੀ ਏਦਾਂ ਜਿਹਦਾ ਪਿਆਰ ਪਿਓਰ ਤੁਸੀਂ ਸਾਨੂੰ ਦਿਆ ਕਰਨਾ ਸਿੱਧਾ ਹੀ ਹੋਮ ਡਿਲੀਵਰੀ ਕਰਿਆ ਉਹ ਤੂੰ ਮੇਰੀ ਗੱਲ ਸੁਣ ਚਿੱਤਰ ਨਾ ਖਾ ਲਈ ਹੁਣ ਤੂੰ ਦੱਸ ਵਾਪਸ ਆਵੇ ਤੇਰਾ ਰਿਸ਼ਤਾ ਕਿੱਦਾਂ ਹੋਣਾ ਕਿਤੇ ਪਾਸੇ ਤੇਰੀ ਕੀ ਨਹੀਂ ਹੱਲੇ ਰਾਸ਼ੀ ਠੀਕ ਨੀ ਅਮਾ ਹੱਲੇ ਸਾਡੀ ਰਾਸ਼ੀ ਲੱਗਦਾ ਮੈਂ ਉੱਤੇ ਸਗਨ ਸੁਗਨ ਪਾ ਕੇ ਹੁਣ ਅੱਜ ਦੀ ਗ੍ਰੈਂਟੀ ਦੇਖ ਲਈ ਹੈ ਕਿਤੇ ਆਲ ਐਕਸ ਤੇ ਨਹੀਂ ਕੁੜੀਆਂ ਅੱਛਾ ਕਰ ਪਾ ਕੇ ਹੁਣ ਉੱਤੇ ਆਵਾ ਕੇ ਡੰਗ ਸ਼ਿਕਾਰੀ ਕੁੱਤੀ ਵਰਗਾ ਤੇਰੇ ਨਿਆਣਿਆਂ ਦੇ ਲੱਕ ਉਹਦਾ ਸੁੱਖ ਨਾ ਪਲਿਆ ਪਿਆ ਵੇ ਜਵਾ ਫੜੋ ਇੱਧਰ ਹੱਲੇ ਦੇ ਸਿੱਧੀ ਬਾਜੇ ਕਿਉਂ ਸਟੇਸ਼ਨ ਮੇਰੇ ਮੁੰਡੇ ਵਿਆਹਣ ਵਾਲੇ ਆ ਮੈਂ ਕਹਿੰਦਾ ਤੇ ਵਿਆਹਣ ਵਾਲੇ ਉਹਨਾਂ ਕਹਿੰਦਾ ਇਹੀ ਕਰੀਏ ਸਾਰਾ ਜੱਗ ਵਿਆਹਣ ਵਾਲਾ ਪਿਆ ਤੇਰੇ ਕਿਹੜੇ ਇਕੱਲੀ ਦੇ ਆ ਮਾਂ ਚੱਲੀ ਕਿੱਥੇ ਕੈਨੇਡਾ ਅਮਾ ਕਿੱਥੇ ਚੱਲੇ ਸਰੀ ਕਿੱਥੇ ਚੱਲੇ ਮੈਂ ਸਰੀ ਤੁਹਾਨੂੰ ਪਤਾ ਹੀ ਤੂੰ ਚੜਾਉਣ ਚੱਲੇ ਮੈਂ ਤਾਂ ਬਾਰ ਬਾਰ ਪਾ ਕੇ ਪੁੱਛਦੇ ਆ ਬੜੇ ਭਰਾ ਹੋਣੀ ਗੁੱਡੇ ਤਾਂ ਬੋਏ ਆ ਸਾਡਾ ਪਿਆਰ ਐਦਾਂ ਦਾ ਸੀ ਹੋ ਗਿਆ ਜਿੱਦਾਂ ਉਂਗਲਾਂ ਚੋਂ ਰੇਤਾ ਕਿਰ ਜਾਂਦਾ ਮੇਰਾ ਦੱਸੇ ਉਹ ਸਾਡਾ ਪਿਆਰ ਕਵਾਲੀਆਂ ਨੀ ਗਾਉਣੀਆਂ ਭਰਾ ਉਹਦੇ ਗਾਣਾ ਗਾ ਯਾਰ ਮੇਰਾ ਇੱਡਾ ਲੰਬਾ ਸਬਰ ਸਰ ਖਾਦਾ ਪਿਆ ਆਰਾਮ ਦਿਆ ਨੇ ਓਏ ਤੇਰਾ ਦਿਲ ਲੱਗਾ ਰਹੂ ਕਵਾਲੀਆਂ ਭਰਾ ਹੀ ਗੱਡੀ ਜਾ ਜਾ ਮਗਰ ਜਿਹੜਾ ਉਹ ਗੱਡੀ 'ਚ ਬਹਿ ਜਾ ਸਾਡੇ ਨਾਲ ਬੈਠੀਗਾ ਤੇ ਹਾਂ ਉਹ ਗੱਡੀ 'ਚ ਬਹਿ ਜਾ ਉਹ ਫੋਗਰਾ ਲਈ ਆ ਉਹਨੇ ਆ ਤੇ ਕਹਿੰਦਾ ਕਹਿੰਦੀ ਮੇਰੇ ਆ ਜਿਹੜਾ ਚਾਰ ਜਿਹੜਾ 에ਅਰਪੋਰਟ ਦੇ 4-500 ਦੇਣਾ ਉਹਨੂੰ ਉੱਥੇ ਹੀ ਦੇ ਆਂਦੀ ਨਾ ਆਉਂਦਾ ਮੈਂ ਥੱਪੜ ਮਾਰਨਾ ਮੇਰੀ ਗੱਲ ਸੁਣੋ ਛੱਡੋ ਮੋਹ ਮੈਨੂੰ ਦੱਸੋ ਤੁਹਾਨੂੰ ਕੈਸ਼ ਤੇ ਕੰਮ ਦੇ ਮੋਹ ਤੇ ਕੀ ਹੁੰਦਾ ਮੇਰਾ ਉੱਚ ਕਿਤੇ ਬੜੇ ਬੜੇ ਬਦਲ ਗਏ ਤੈਗੀ ਤੂੰ ਤਾਂ ਫੇਰ ਵੀ ਮੈਂ ਬਦਲ ਜਾਣਾ ਜਾਂਦੀ ਗੋਭੀ ਗੱਡੀ ਚ ਕੀ ਤੂੰ ਕਲੇਸ਼ ਪੀਤਾ ਪਿਆ ਤੈਨੂੰ ਤਾਂ ਇਹ ਨੀ ਅਸੀਂ ਦੱਸਦੇ ਸੀਗੇ ਯਾਰ ਅਮਾ ਮੈਂ ਕਲੇਸੀ ਆ ਹੋਰ ਤੂੰ ਕੀ ਆ ਕਲੇਸੀ ਸਿਰੇ ਦਾ ਆਇਆ ਤੂੰ ਇੱਕ ਨੰਬਰ ਚਲੋ ਠੀਕ ਆ ਜੀ ਗਾਂ ਬਾਤ ਤੇ ਸਾਨੂੰ ਲਾਭ ਨਹੀਂ ਯਾਰ ਮੈਨੂੰ ਲਾਭ ਆਇਆ ਲੋ ਡਰਾਈਵਰ ਭਾਈ ਗੱਡੀ ਰੋਕ ਕੇ ਸਾਈਡ ਤੇ ਯਾਰ ਲਾ ਸਾਨੂੰ ਦਿੱਦੀ ਗੱਲ ਆ ਡਰਾਈਵਰ ਦਾ ਨਾਂ ਕਿਉਂ ਨਾ ਚੱਲ ਕੋਈ ਨਹੀਂ ਵੀਰੇ ਲਾ ਯਾਰ ਸਾਈਡ ਤੇ ਉਹ ਤਾਂ ਵਿਚਾਰੇ ਦਾ ਕੀ ਕਸੂਰ ਹੈ ਨਹੀਂ ਯਾਰ ਤੂੰ ਗੱਡੀ ਉਹ ਤੁਹਾਡੇ ਨਾਲ ਆ ਗਿਆ ਤਾਂ ਕਰਕੇ ਯਾਰ ਗੱਡੀ ਰੋਕ ਸਾਈਡ ਤੇ ਉਹ ਤਾਂ ਅੱਗੇ ਵਿਚਾਰਾ ਡਾ ਡਾ ਕੇ ਚੱਲੋ ਉਹ ਕਹਿੰਦਾ ਨਾ ਯਾਰ ਇਦਾਂ ਦੀ ਸਵਾਰੀ ਰੱਬਾ ਗਾਂ ਵਾਸਤੇ ਨਾ ਹੀ ਟਕਰਾਈ ਨਾ ਕਿਹੜਾ ਲਾਉਣਾ ਮਨਜ਼ੂਰ ਆ ਯਾਰ ਗੱਡੀ ਰੋਕ ਮੇਰੇ ਯਾਰ ਬਾਥਰੂਮ ਆਇਆ ਹੋਰ ਨੀ ਮੈਨੂੰ ਕੋਈ ਚੱਕਰ ਹੈਗਾ ਮੈਂ ਕਿਹੜਾ ਰੋਕਣੀ ਬਾਈ ਚੱਲੀ ਚੱਲ ਉਹ ਮਾਰਥਲ ਤੋਂ ਮੈਂ ਇਥੋਂ ਮੁੜ ਕੇ ਨਹੀਂ ਚੱਲਾ ਨਹੀਂ ਨਹੀਂ ਮੈਂ ਵੀ ਹੁਣ ਧੌਰ ਪਹੁੰਚ ਕੇ ਹਟੂ 에ਅਰਪੋਰਟ ਤੇ ਜਾਦਾ ਤਾਂ ਭਰਾ ਜਾ ਸਕਦਾ ਮੈਂ ਵੀ ਜਾਨੀ ਮੇਰੀ ਗੱਲ ਸੁਣ ਉੱਥੇ ਝੁਲਸ ਕੇ ਆਏ ਆ ਖਾ ਕੇ ਆਏ ਆ ਉੱਥੇ ਮੋਦਰਾਂ ਦਾ ਹੁਣ ਆ ਗਏ ਕਿ ਕਹਿੰਦੇ ਨਾ ਗੱਡੀ ਅਸੀਂ ਨਹੀਂ ਰੋਕਣੀ ਇਸ ਹੱਦ ਤੂੰ ਮੈਨੂੰ ਲੇਟ ਕਰੂੰਗਾ ਬੋਤਲ ਦੇ ਤੂੰ ਮਾਮੇ ਨਾ ਜਾ ਮਗਰ ਗੱਡੀ ਕਰਦਾ ਉਹ ਮੂਤ ਦੇ ਪਿੰਡੇ ਬੀੜੀਆਂ ਬੂੜੀਆਂ ਗੱਡੀ ਇਹ ਵੀ ਯਾਰ ਮੈਂ ਤਾਂ ਸੰਗ ਆਉਂਦੀ ਆ ਉਹ ਇਹਨੂੰ ਇਹ ਮਾਗਲੇ ਨੂੰ ਕਹਿਣਾ ਆਪਾਂ ਉੱਥੇ ਕਹਿ ਦੇਣਾ ਜਦੋਂ ਆਪਾਂ ਅੰਦਰ ਹੋ ਗਏ ਨਾ 에ਅਰਪੋਰਟ ਵਾਲਿਆਂ ਨੂੰ ਕਹਿ ਦੇਣਾ ਉਹ ਵਾਲੀ ਗੱਡੀ ਅੰਦਰ ਨਾ ਆਉਣ ਦਿਓ ਨਾ ਮੈਂ ਜੇ ਉਹਨਾਂ ਨੇ ਪੁੱਛਿਆ ਤੁਹਾਡੇ ਨਾਲ ਮੈਂ ਕਹਿਣਾ ਨਹੀਂ ਪਤਾ ਨਹੀਂ ਕੌਣ ਹੈ ਪਤਾ ਨਹੀਂ ਕੌਣ ਪੜ ਮਾਰਨਾ ਅਗਲੇ ਯਾਰ ਮੈਂ ਇੰਨਾ ਦੇ ਪਾ ਕੇ ਇਹਦਾ ਟੱਬਰ ਦਾ ਲੱਗਾ ਹੋਵੇ ਕੈਨੇਡਾ ਦਾ ਵੀਜ਼ਾ ਉਹ ਨਾ ਆਉਂਦੇ ਇੰਨੇ ਚੜਾਉਣ ਜਿਹੜੇ ਜਿਹਨੇ ਤੁਸੀਂ ਜਿਹਨੇ ਚੱਲੇ ਆ ਬਾਕੀ ਡਰਾਈਵਰ ਨੂੰ ਪੁੱਛ ਇਹਨੂੰ ਤਾਂ ਢੋਲ ਵਾਲਾ ਬਿਠਾਇਆ ਰਾਤ ਉਹਨਾਂ ਨੇ ਆ ਹਾਲ
ਲੜਕਾ ਲਿਆ ਨਾ ਡਰਾਈਵਰ ਨੂੰ ਆ ਹਾਲ ਆ ਮੈਂ ਨੀ ਇਹਨਾਂ ਨੂੰ ਯਾਰ ਲੈ ਕੇ ਆਇਆ ਕਰਨਾ ਯਾਰ ਸ਼ਰਮ ਤਾਂ ਨਾ ਨੀ ਸ਼ਰਮ 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 ਚਾਹੀਦੀ ਆ ਆ ਭਰਾ ਉਹ ਭਰਾਵਾ ਮੋਟਰਸਾਈਕਲ ਦੇ ਲਾ ਮਾਮਾ ਉਹ ਠੇਕਾ ਦੇਖਿਆ ਨੀ ਟੁੱਟ ਕੇ ਪੈ ਗਿਆ ਆਦਾ ਤੇਰੇ ਸਿਆਣੇ ਬਿਆਣੇ ਦੇ ਆਦਿਆ ਯਾਰ ਸਟੋਰੇਜ ਬੁਲਾਉਂਦੀ ਆ ਹੁਣ ਇਹ ਵੀ ਢਿੱਲੋਰੀ ਚਾਹ ਦੇ ਕਿੰਨਾ ਹੁਣ ਗਾਲਾ ਆ ਹੈਰੀ ਪੋਟਰ ਵਾਂਗੂ ਉਹ ਦੇਖ ਤੂੰ ਰੋਕਣਾ ਭਰਾਵਾ ਹੈਰੀ ਪੋਟਰ ਨਾ ਬਣ ਹੈਰੀ ਪੋਟਰ ਬਣ ਗਿਆ ਜੀ ਮੈਨੂੰ ਵੀ ਮੈਂ ਵੀ ਜਾਇਆ ਵਾ ਹੈਰੀ ਪੋਟਰ ਗੋਪੀ ਐਵੇਂ ਨਾ ਜਲੂਸ ਕੱਢੋ ਉੱਥੇ ਓਏ ਐਵੇਂ ਨਾ ਜਲੂਸ ਕੱਢੀ ਉਹ ਕੈਮਰਿਆਂ ਚ ਆ ਜਾਣਾ ਆ ਉਹ ਰੁਕਣੀ ਨਹੀਂ ਓਪਨ ਨੂੰ ਚੱਕਦੇ ਇਹਨੂੰ ਇਹਦੇ ਵਿੱਚ ਹੀ ਜਾਣਾ ਹੋਰ ਤੁਰ ਕੇ ਜਾਣਾ ਚੰਗਾ ਵੇ ਬਹਿ ਜਾ ਉਹ ਗੋਪੀ ਜਲੂਸ ਕੱਢੀ ਜਾਂਦਾ ਉੱਥੇ ਚ ਕਰੰਟ ਹੁੰਦਾ ਸੋ ਲੱਗੇ ਕਰੰਟ ਹੁੰਦਾ ਗੋਪੀ ਐਵੀ ਨਾ ਜਾ ਭਾ ਡਿੱਗ ਬਣਾ ਜਿੱਥੇ ਤੂੰ ਬੈਠਾ ਇੱਕ ਬੰਦੇ ਨੇ ਕਰੇ ਬੰਦੇ ਨੇ ਪਿੰਜਰੇ ਰਹਿ ਗਏ ਸੀ ਇੱਥੇ ਵਿਆਹ ਕਰਾਉਣਾ ਕਿ ਨਹੀਂ
साढ़े छे आला नहीं आना गोपी साढ़े के तीन आली गल कर पता ही नहीं कितने स्वागतम लिखा मैं अगस्त गोपी ओ गोपी साढ़े छे बैंड आला मुंडा बन चल साढ़े छे बैंड जे साढ़े के तीन आए होंगे बैंड फिर कितना जाना जी चल जे मान ला नौ ही आ जाते तेन बैंड नौ बैंड वाली जानी है यार गलीस हौली चल ओए तेरे नाल जरा बेचारे शैडा ने बैठे हो सुते पे गोपी गोपी राह च पद्दा जान मुश्क है बूट लाए पद्दा पुद्दा जान मुश्क है रील बनाने एक तेरी ऐदा फुल फड़ाने दी मेरे तां चक्कर है डंडे जनू ऐं ची लंघना ओद भी तो रास्ता है लंघ सकता है चल किसी ने मुख अपना पढ़ पढ़ के जी बोर्ड ओ कि जाना कहते बस या जहाज च जाना हूं भी बसा चाह जाना इधर ना जाना लिखा यार बोर्ड पढ़ लो भाई यार इधर नाजी इधर गया इधर अगला लोहा कतर चलो जाना तू तो यार तू ही हर एक पास मोहरे होंगे पहले मैं ये दसो कोई जगह हैगी है मार तुझे साड़ा छाड़ दो साथ होर गोपी ने तोरता करता जितनी चलो होर इन्ने टेची थाईलैंड लग जाई रहे करती बेइज्जती तू भी होई ਗੱਡੀ ਜਾਂਦੀ ਐ ਛਲਾਂਗਾ ਮਾਰਦੀ ਹੁਣ ਨਹੀਂ ਯਾਦ ਆਉਣੀ ਕਿਹੜੀ ਸੋਹਣੀ ਯਾਰ ਦੀ ਹੁਣ ਨਹੀਂ ਆਉਣੀ ਉੱਡ ਜੱਲਾ ਹੁਣ ਨਹੀਂ ਆਉਣੀ ਯਾਦਾ ਯੁਗਾ ਹੋ ਗਈਆਂ ਆਈਆਂ ਅਲੇ ਲੋਕੀ ਬਦਲਦੇ ਦੀ ਕਈ ਹੁਣ ਸਾਲ ਆਈ ਵੀ ਬਦਲ ਕੇ ਦੇ ਲਈ ਸਾਹ ਰੇੜੀ ਜੀ ਬਦਲਾ ਦਿੰਦੀ ਸਭ ਕੁਛ ਫੋਨ ਛੱਡ ਦੇ ਮੇਰਾ ਇੱਥੇ ਜਾਂ ਤੂੰ ਲੈ ਜਾ ਇੰਡੀਆ ਮੈਂ ਨਹੀਂ ਨਹੀਂ ਜਾਣਾ ਫੋਨ ਲੈ ਲਓ मैंने भाई 15 प्रो मैक्स दे दी जो नवा आया घर बसिया ने लटेरे पहले आ चीने जे कितने सोहने मुंडे सारा गोरिया देख लो चीने मुंडे देख रहे ना दे इन्हां नु बैंड किन्ने रौला पाया है साढ़े छे बैंड आईलेट लर्निंग च 4.4 अपने अच्छा रौला का पैसे लाए यार